ਕੁਝ ਪਾਰਟੀਆਂ ਨੇ ਕਿ ਕਹਿਰੀਆਂ ਕਿ ਅਸੀਂ ਦਲਿਤ ਸੀਐਮ ਲਗਾਣਾ ਹੈ ਤੇ ਕੁਝ ਪਾਰਟੀਆਂ ਇਦਾਂ ਦੀਆਂ ਨੇ ਜਿਹੜੀਆਂ ਕਹਿਰੀਆਂ ਅਸੀਂ ਦਲਿਤ ਡਿਪਟੀ ਸੀਐਮ ਲਾਣਾ ਸਾਡੀ ਸਿਆਸੀ ਪਾਰਟੀ ਅੱਜ ਤੋਂ 75 ਸਾਲ ਹੋ ਗਏ ਸਾਨੂੰ ਸਾਡੇ ਮੁਲਕ ਨੂੰ ਆਯਾਦ ਹੋਏ ਨੂੰ ਸਿਰਫ ਇਹੀ ਪਤਾ ਘੇੜਦੇ ਆ ਰਹੇ ਨੇ ਕਿ ਗਰੀਬ ਨੂੰ ਡਿਵੈਲਪ ਕਰਨਾ ਅਸੀਂ ਗਰੀਬੀ ਖਤਮ ਕਰਨੀ ਹੈ ਬੇਰਜ਼ਗਾਰੀ ਖਤਮ ਕਰਨੀ ਹੈ ਹਰ ਇੱਕ ਇਨਸਾਨ ਦੇ ਹਰ ਇੱਕ ਪਰਿਵਾਰ ਦੇ ਸਿਰ ਦੇ ਉੱਤੇ ਛੱਤ ਦੇਣੀ ਆ ਪਰ ਇਹ ਗੱਲ ਤੋਂ ਕੋਈ ਵੀ ਭੁੱਲਿਆ ਨਹੀਂ ਹੈ ਜਾਂ ਅਣਜਾਣ ਨਹੀਂ ਹੈ ਕਿ ਅੱਜ ਵੀ ਜਦੋਂ ਅਸੀਂ ਸੜਕਾਂ ਤੇ ਨਿਕਲਦੇ ਹਾਂ ਤੇ ਗਰੀਬ ਲੋਕ ਸਾਨੂੰ ਮਿਲਣ ਨੂੰ ਮਿਲਦੇ ਨੇ ਚੌਂਕਾਂ ਦੇ ਵਿੱਚ ਤੁਸੀ ਯਾਦ ਹੋਊਗੀ ਕਿ ਅਸੀਂ ਜਦੋਂ ਬਚਪਨ ਦੇ ਵਿੱਚ ਪੜ੍ਹਾਈ ਕਰਦੇ ਸੀ ਤਾਂ ਇੱਕ ਭੇੜੀ ਆ ਗਿਆ ਭੇੜੀ ਆ ਗਿਆ ਕਹਾਣੀ ਸੀਗੀ ਤੇ ਜਦੋਂ ਭੇੜੀ ਆ ਗਿਆ ਉਦੋਂ ਕਿਸੇ ਨੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਅੱਜ ਉਹੀ ਗੱਲ ਇਹਨਾਂ ਦੀ ਪੋਲੀਟੀਕਲ ਪਾਰਟੀਆਂ ਦੀ ਹੈ ਚਾਹੇ ਉਹ ਸਾਡੀ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਬਸਪਾ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜੇ ਉਹਨਾਂ ਦਾ ਕੋਈ ਕਾਮਨ ਏਜੰਡਾ ਨਹੀਂ ਹੈਗਾ ਕੋਈ ਸਿਮਿਲਰ ਏਜੰਡਾ ਨਹੀਂ ਹੈਗਾ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਦਲਿਤ ਇਹ ਦਲਿਤ ਨਹੀਂ ਇਹ ਗਰੀਬ ਦਾ ਮਜ਼ਾਕ ਉੜਾਇਆ ਜਾ ਰਿਹਾ ਤੇ ਇਸ ਵਾਰ ਗਰੀਬ ਜਿਹੜੇ ਨੇ ਉਹ ਮਜ਼ਾਕ ਦੇ ਸ਼ਿਕਾਰ ਨਹੀਂ ਹੋਣਗੇ ਹੁਣ ਲੋਕਾਂ ਦਾ ਇਹ ਮੰਨਣਾ ਤੇ ਲੋਕਾਂ ਦਾ ਇਹ ਕਹਿਣਾ ਕਿ ਸਾਡੇ ਲੋਕ ਜਿਹੜੇ ਸਾਡੇ ਪਰਿਵਾਰਾਂ ਦੇ ਦੁੱਖ ਦਰਦਾਂ ਨੂੰ ਵੰਡਦੇ ਨੇ ਸਾਡੇ ਸਮਾਜ ਦੇ ਵਿੱਚ ਵਿਚਰਦੇ ਨੇ ਤੇ ਜਿਹੜੇ ਸਾਰੇ 5 ਸਾਲ 10 ਸਾਲ 15 ਸਾਲ 20 ਸਾਲ ਤੋਂ ਸਾਡੇ ਵਿੱਚ ਨੇ ਅਸੀਂ ਉਹਨਾਂ ਨੂੰ ਆਪਣੇ ਐਮਐਲਏ ਬਣਾ ਕੇ ਲੈ ਕੇ ਆਣਾ ਨਾ ਕਿ ਇਹ ਜਿਹੜੇ ਆਪਣੇ ਕੁਰਤੇ ਪਜਾਮੇ ਦੀ ਕਰੀਜ਼ ਖਰਾਬ ਨਹੀਂ ਹੋਣ ਦਿੰਦੇ ਚਾਹੇ ਅਕਾਲੀ ਦਲ ਹੈ ਚਾਹੇ बसपा ਆ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਚਾਹੇ ਆਮ ਆਦਮੀ ਪਾਰਟੀ ਹੈ ਇਹ ਸਾਡੇ ਲੋਕਾਂ ਨੂੰ ਟਿਕਟਾਂ ਦੇਣ ਕੋਈ ਨਹੀਂ ਵੱਡਾ ਬਿਆਨ ਦੇ ਰਹੇ ਹਾਂ ਪੰਜਾਬੀ ਬਲੌਗ ਚੈਨਲ ਤੇ ਲੋਕ ਦੇਖ ਰਹੇ ਨੇ ਕਿ ਤੁਸੀਂ ਕਰ 117 ਦੇ 17 ਸੀਟਾਂ ਦੇ ਉੱਪਰ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਜੇਕਰ ਕਿਸੇ ਵੀ ਪਾਰਟੀ ਨੇ ਟਿਕ ਨਾ ਦਿੱਤੀ ਹਾਂਜੀ ਹਾਂਜੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਹਾਂ ਬਾਰ-ਬਾਰ ਕਹਿ ਰਿਹਾ 117 ਮਤਲਬ 117 117 ਇਹ ਉਹ ਝੂਠੇ ਵਾਅਦੇ ਨੇ ਜਿਹੜੇ ਆਪਣੇ ਧਰਮ ਗ੍ਰੰਥਾਂ ਨੂੰ ਚੱਕ-ਚੱਕ ਕੇ ਅਸੀਂ ਸੌਹਾ ਖਾਣੇ ਆ ਸਟੇਜਾਂ ਦੇ ਉੱਤੇ ਚੜ੍ਹ ਕੇ ਸੌਹਾ ਖਾਣੇ ਹਰ ਘਰ ਰੋਜ਼ਗਾਰ ਹਰ ਘਰ ਨੌਕਰੀ ਅਤੇ ਅਸੀਂ ਕਹਿੰਨੇ ਨਸ਼ੇ ਨੂੰ ਅਸੀਂ ਜੜੋਂ ਪੱਟ ਕੇ ਪੰਜਾਬ ਦੇ ਵਿੱਚੋਂ ਬਾਹਰ ਮਾਰਾਂਗੇ ਇਹ ਇਦਾਂ ਦੀ ਸਾਰੀਆਂ ਝੂਠੀਆਂ ਗੱਲਾਂ ਨੇ ਜਦੋਂ ਅਖਬਾਰ ਦਾ ਪੰਨਾ ਖੋਲੋ ਟੀਵੀ ਨਿਊਜ਼ ਚੈਨਲ ਚਲਾਓ ਤੇ ਕਿਤੇ ਨਾ ਕਿਤੇ ਵਿਚਾਰਾ ਦਲਿਤ ਦਲਿਤ ਜ਼ਿਮੀਦਾਰ ਅਸੀਂ ਦਲਿਤ ਇਹ ਨਹੀਂ ਕਹਿ ਸਕਦੇ ਵੀ ਕੋਈ ਸਪੈਸ਼ਲ ਕਾਸਟ ਆ ਦਲਿਤ ਬ੍ਰਾਹਮਣ ਵੀ ਹੋ ਸਕਦਾ ਦਲਿਤ ਜ਼ਿਮੀਦਾਰ ਵੀ ਹੋ ਸਕਦਾ ਦਲਿਤ ਖੱਤਰੀ ਵੀ ਹੋ ਸਕਦਾ ਦਲਿਤ ਹੋਰ بڑے ਵਰਗ ਨੇ ਉਹ ਹੋ ਸਕਦੇ ਨੇ 2022 ਦੀ ਇਲੈਕਸ਼ਨ ਨੂੰ ਲੈ ਕੇ ਜਿੱਥੇ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਆ ਤੇ ਦੂਜੇ ਪਾਸੇ ਧਾਰਮਿਕ ਸੰਸਥਾਵਾਂ ਵੀ ਅੱਗੇ ਆਰੀਆਂ ਨੇ ਫਾਰਮਿਕ ਸੰਸਥਾਵਾਂ ਦਾ 2022 ਨੂੰ ਕਿਸ ਐਂਗਲ ਤੋਂ ਦੇਖਦੇ ਆ ਨੇ ਕਿਸ ਤਰ੍ਹਾਂ ਦੇਖਦੇ ਆ ਨੇ ਸਾਡੇ ਨਾਲ ਅਲਬਰਟ ਦੁਆ ਜੀ ਨੇ ਜਿਹੜੇ ਕ੍ਰਿਸਚਨ ਯੂनाइटेड ਫੰਡਰੇਸ਼ਨ ਦੇ ਕੋਮਿੰਗ ਪ੍ਰਧਾਨ ਨੇ ਸਾਡੇ ਨਾਲ ਮੌਜੂਦ ਨੇ ਅਲਬਰਟ ਦੁਆ ਜੀ 2022 ਦੇ ਇਲੈਕਸ਼ਨ ਨੂੰ ਕ੍ਰਿਸਚਨ ਭਾਈਚਾਰਾ ਕਿਸ ਤਰ੍ਹਾਂ ਦੇਖਦਾ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਪੰਜਾਬ ਦੇ ਵਿੱਚ ਸਿਆਸੀ ਹਲਚਲ ਮਚੀ ਪਈ ਹੈ ਤੇ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਹਰ ਇੱਕ ਪਾਰਟੀ ਅੱਜ ਦਲਿਤ ਕਾਰਡ ਖੇਡ ਰਹੀ ਹੈ ਕੁਝ ਪਾਰਟੀਆਂ ਇਹ ਨੇ ਕਿ ਕਹਿ ਰਹੀਆਂ ਕਿ ਅਸੀਂ ਦਲਿਤ ਸੀਐਮ ਲਗਾਣਾ ਹੈ ਤੇ ਕੁਝ ਪਾਰਟੀਆਂ ਇਦਾਂ ਦੀਆਂ ਨੇ ਜਿਹੜੀਆਂ ਕਹਿ ਰੀਆਂ ਅਸੀਂ ਦਲਿਤ ਡਿਪਟੀ ਸੀਐਮ ਲਾਣਾ ਹੈ ਦਲਿਤ ਦੀ ਪਰਿਭਾਸ਼ਾ ਮੇਰੀ ਨੌਲੇਜ ਦੇ ਵਿੱਚ ਜਾਂ ਤੁਸੀਂ ਵੀ ਸਭ ਜਾਣਦੇ ਹੋ ਕਿ ਗਰੀਬੀ ਰੇਖਾ ਤੋਂ ਥੱਲੇ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਦਲਿਤ ਕਿਹਾ ਜਾਂਦਾ ਆ ਸਾਡੀ ਸਿਆਸੀ ਪਾਰਟੀ ਅੱਜ ਤੋਂ 75 ਸਾਲ ਹੋ ਗਏ ਸਾਨੂੰ ਸਾਡੇ ਮੁਲਕ ਨੂੰ ਆਯਾਦ ਹੋਏ ਨੂੰ ਸਿਰਫ ਇਹੀ ਪਤਾ ਖੇਡਦੇ ਆ ਰਹੇ ਨੇ ਕਿ ਗਰੀਬ ਨੂੰ ਡਿਵੈਲਪ ਕਰਨਾ ਅਸੀਂ ਗਰੀਬੀ ਖਤਮ ਕਰਨੀ ਹੈ ਬੇਰਜ਼ਗਾਰੀ ਖਤਮ ਕਰਨੀ ਹੈ ਹਰ ਇੱਕ ਇਨਸਾਨ ਦੇ ਹਰ ਇੱਕ ਪਰਿਵਾਰ ਦੇ ਸਿਰ ਦੇ ਉੱਤੇ ਛੱਤ ਦੇਣੀ ਆ ਪਰ ਇਹ ਗੱਲ ਤੋਂ ਕੋਈ ਵੀ ਭੁੱਲਿਆ ਨਹੀਂ ਆ ਜਾਂ ਅਣਜਾਣ ਨਹੀਂ ਹੈ ਕਿ ਅੱਜ ਵੀ ਜਦੋਂ ਅਸੀਂ ਸੜਕਾਂ ਤੇ ਨਿਕਲਦੇ ਹਾਂ ਤੇ ਗਰੀਬ ਲੋਕ ਸਾਨੂੰ ਮਿਲਣ ਨੂੰ ਮਿਲਦੇ ਨੇ ਚੌਂਕਾਂ ਦੇ ਵਿੱਚ ਵਿਚਾਰੇ ਆਪਣਾ ਰਜਗਾਰ ਚਲਾਉਣ ਦੇ ਲਈ ਜਾਂ ਘਰ ਚਲਾਉਣ ਦੇ ਲਈ ਭੀਖਾਂ ਮੰਗਦੇ ਨੇ ਤੇ ਉਹ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦੀ ناکਾਮਯਾਬੀ ਰਹੀ ਹੈ ਕਿਉਂਕਿ ਅੱਜ ਵੀ ਜੇ ਗੱਲ ਦੇਖੀ ਜਾਵੇ ਜੇ ਤਹਿਸੀਲਦਾਰ ਲੱਗਦੇ ਨੇ ਜਾਂ ਕੋਈ ਡੀਐਸਪੀ ਲੱਗਦੇ ਨੇ ਤੇ ਉਹ ਕਰੋੜਾਂਪਤੀਆਂ ਦੇ ਬੱਚੇ ਲੱਗਦੇ ਨੇ ਉਹ ਬੱਚੇ ਉਹ ਗਰੀਬਾਂ ਨੂੰ ਵਿਚਾਰਿਆਂ ਨੂੰ ਮਾਨ ਨਹੀਂ ਮਿਲਦਾ ਜਿਨ੍ਹਾਂ ਤੋਂ ਅਸੀਂ ਸਮਝਬਾਗ ਦਿਖਾ ਕੇ ਵੋਟਾਂ ਲੈ ਜਾਂਦੇ ਆਂ ਅੱਜ ਹੁਣ ਸਮੇਂ ਇਦਾਂ ਦਾ ਆ ਕਿ ਜਦੋਂ ਇਹਨਾਂ ਨੇ ਦਲਿਤ ਦਾ ਕਾਰਡ ਖੇਡਿਆ ਦਲਿਤ ਬਹੁਤ ਜਾਗਰੂਕ ਹੋ ਚੁੱਕਿਆ ਆ ਕਿਉਂਕਿ ਜਦੋਂ ਬਾਰ-ਬਾਰ ਅਸੀਂ ਕਿਸੇ ਨੂੰ ਝੂਠ ਬੋਲਾਂਗੇ ਤਾਂ ਉਹ ਝੂਠ ਇੱਕ ਦਿਨ ਸਾਬਤ ਹੋ ਜਾਂਦਾ ਤੁਸੀਂ ਯਾਦ ਹੋਊਗੀ ਕਿ ਅਸੀਂ ਜਦੋਂ ਬਚਪਨ ਦੇ ਵਿੱਚ ਪੜ੍ਹਾਈ ਕਰਦੇ ਸੀ ਤਾਂ ਇੱਕ ਭੇੜੀ ਆ ਗਿਆ ਭੇੜੀ ਆ ਗਿਆ ਕਹਾਣੀ ਸੀਗੀ ਤੇ ਜਦੋਂ ਉਹ ਭੇੜੀ ਆ ਗਿਆ ਉਦੋਂ ਕਿਸੇ ਨੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਅੱਜ ਉਹੀ ਗੱਲ ਇਹਨਾਂ ਦੀ ਪੋਲੀਟੀਕਲ ਪਾਰਟੀਆਂ ਦੀ ਹੈ ਚਾਹੇ ਉਹ ਸਾਡੀ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਬਸਪਾ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜੇ ਉਹਨਾਂ ਦਾ ਕੋਈ ਕਾਮਨ ਏਜੰਡਾ ਨਹੀਂ ਹੈਗਾ ਕੋਈ ਸਿਮਿਲਰ ਏਜੰਡਾ ਨਹੀਂ ਹੈਗਾ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਦਲਿਤ ਇਹ ਦਲੇਦਨੀ ਇਹ ਗਰੀਬ ਦਾ ਮਜ਼ਾਕ ਉਡਾਇਆ ਜਾ ਰਿਹਾ ਤੇ ਇਸ ਵਾਰ ਗਰੀਬ ਜਿਹੜੇ ਨੇ ਉਹ ਮਜ਼ਾਕ ਦੇ ਸ਼ਿਕਾਰ ਨਹੀਂ ਹੋਣਗੇ ਕਿਉਂਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਦੋਂ ਲਾਸਟ ਵੀ ਇਲੈਕਸ਼ਨ ਹੋਏ ਨੇ ਤੇ ਬਹੁਤ ਇਦਾਂ ਦੇ ਕੈਂਡੀਡੇਟ ਉੱਭਰ ਕੇ ਆਏ ਨੇ ਜਿਨ੍ਹਾਂ ਦੀ ਜਾਦੀ ਕੋਈ ਵੱਡੀ ਇਹ ਸਮਾਜ ਦੇ ਵਿੱਚ ਪਛਾਣ ਨਹੀਂ ਸੀ ਹੁਣ ਲੋਕਾਂ ਦਾ ਇਹ ਮੰਨਣਾ ਤੇ ਲੋਕਾਂ ਦਾ ਇਹ ਕਹਿਣਾ ਕਿ ਸਾਡੇ ਲੋਕ ਜਿਹੜੇ ਸਾਡੇ ਪਰਿਵਾਰਾਂ ਦੇ ਦੁੱਖ ਦਰਦਾਂ ਨੂੰ ਵੰਡਦੇ ਨੇ ਸਾਡੇ ਸਮਾਜ ਦੇ ਵਿੱਚ ਵਿਚਰਦੇ ਨੇ ਤੇ ਜਿਹੜੇ ਸਾਰੇ 5 ਸਾਲ 10 ਸਾਲ 15 ਸਾਲ 20 ਸਾਲ ਤੋਂ ਸਾਡੇ ਵਿੱਚ ਨੇ ਅਸੀਂ ਉਹਨਾਂ ਨੂੰ ਆਪਣੇ ਐਮਐਲਏ ਬਣਾ ਕੇ ਲੈ ਕੇ ਆਣਾ ਨਾ ਕਿ ਇਹ ਜਿਹੜੇ ਆਪਣੇ ਕੁਰਤੇ ਪਜਾਮੇ ਦੀ ਕਰੀਸ ਖਰਾਬ ਨਹੀਂ ਹੋਣ ਦਿੰਦੇ ਅਤੇ ਜਦੋਂ ਐਮਐਲਏ ਜਾਂ ਮੰਤਰੀ ਬਣ ਕੇ ਚਲੇ ਜਾਂਦੇ ਨੇ ਉਹੀ ਲੋਕ ਜਿਹੜੇ ਇਹਨਾਂ ਨੂੰ ਐਮਐਲਏ ਬਣਾਉਂਦੇ ਨੇ ਉਹਨਾਂ ਲਈ ਮਿਲਣਾ ਬਹੁਤ ਇਹਨਾਂ ਲਈ ਮੁਸ਼ਕਲ ਹੋ ਜਾਂਦਾ ਆ ਤੇ ਬਸ ਉਹ ਲੋਕਾਂ ਨੇ ਇੱਕ ਠਾਨ ਲਈ ਆ ਗਰੀਬ ਲੋਕਾਂ ਨੇ ਇਹ ਠਾਨ ਲਈ ਆ ਦਲਤਾਂ ਨੇ ਠਾਨ ਲਿਆ ਕਿ ਅਸੀਂ ਆਪਣੇ ਸਮਾਜ ਚੋਂ ਆਪਣੇ ਲੋਕ ਕੱਢ ਕੇ ਲੈ ਜਾਵਾਂਗੇ ਜਿਹੜੇ ਵਿਧਾਨ ਸਭਾ ਚ ਸਾਡੇ ਹੱਕ ਸੱਚ ਦੀ ਗੱਲ ਕਰ ਸਕਣ ਅ ਅਲਬਰਟ ਦੁਆ ਜੀ ਜੇ ਗੱਲ ਕਰੀਏ 크ਿਸਚਨ ਭਾਈਚਾਰਾ ਇਸ ਜਿਹੜੇ ਇਲੈਕਸ਼ਨਾਂ ਨੇ ਕਿਸ ਤਰ੍ਹਾਂ ਦਾ ਰੋਲ ਅਦਾ ਕਰੇਗਾ 크ਿਸਚਨ ਚ ਭਾਈਚਾਰੇ ਨੂੰ ਤੁਸੀਂ ਆਪਾਂ ਸਾਰੇ ਵਾਕਫ ਆ ਕਿਉਂਕਿ ਜਿਹੜਾ ਵੀ ਬੱਚਾ ਪਰਿਵਾਰ ਦੇ ਵਿੱਚ ਹੁੰਦਾ ਆ ਜਦੋਂ ਉਹ ਤੋਂ ਕੰਮ ਲੈਣਾ ਪੈਂਦਾ ਉਹਨੂੰ ਕਈ ਸਬਜ ਬਾਗ ਦਿਖਾਣੇ ਆ ਕਈ ਤਰ੍ਹਾਂ ਦੀਆਂ ਉਹਨੂੰ ਪ੍ਰੇਜ਼ ਕਰਨੀਆਂ ਪੈਂਦੀਆਂ ਤੂੰ ਬਹੁਤ ਮਿਹਨਤੀ ਆ ਤੇਰੇ ਵਰਗਾ ਸਾਰੇ ਪਰਿਵਾਰ ਦੇ ਵਿੱਚ ਵੀ ਨਹੀਂ ਆ ਤੂੰ ਅੱਛਾ ਕੰਮ ਕਰਦਾ ਆ ਤੂੰ ਬਹੁਤ ਅੱਛਾ ਪੜਦਾ ਆ ਚੱਲ ਜਾ ਦੁਕਾਨ ਤੋਂ ਆ ਲਿਆ ਚੱਲ ਜਾ ਆ ਕਰ ਲਾ ਅੱਜ 75 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀਆਂ ਦਾ ਕਬਜ਼ਾ ਆ ਚਾਹੇ ਕਦੀ ਅਕਾਲੀ ਦਾ ਲਾਗੀ ਚਾਹੇ ਦੂਜੀ ਪੋਲੀਟੀਕਲ ਪਾਰਟੀਆਂ ਆ ਗਈਆਂ ਕਾਂਗਰਸ ਆ ਗਈ ਬੀਜੇਪੀ ਆ ਗਈ ਇਹ ਟਾਈਮ ਟੂ ਟਾਈਮ ਚੱਲਦਾ ਰਿਹਾ ਕੰਮ ਪਰ ਅੱਜ 75 ਸਾਲ ਹੋ ਗਏ ਸਾਨੂੰ ਪੰਜਾਬ ਦੀ ਸੇਵਾ ਨਿਭਾਉਂਦੇ ਸਾਡੇ ਮਿਸ਼ਨਰੀਆਂ ਨੂੰ ਜਿਹਦੇ ਵਿੱਚ ਬਹੁਤ ਸਾਰੇ ਸਕੂਲ ਇਦਾਂ ਦੇ ਆ ਜਿਹੜੇ ਗਰਲਸ ਲਈ ਬਣੇ ਜਿਨ੍ਹਾਂ ਦੇ ਵਿੱਚ ਪਠਾਨਕੋਟ ਦੇ ਵਿੱਚ ਸਕੂਲ ਹੈ ਲੁਧਿਆਣਾ ਸਕੂਲ ਹੈ ਜਿਹੜਾ ਪਾਰਟੀਕੂਲ ਗਰਲਸ ਲਈ ਬਣਿਆ ਇਹ ਤਾਂ ਪਾਰਟੀਆਂ ਔਮਨ ਏਮਪਾਵਰਮੈਂਟ ਦੀ ਗੱਲ ਕਰਦੇ ਨੇ ਪਰ ਸਾਡੇ ਕ੍ਰਿਸ਼ਟਨਾ ਨੇ ਸਾਡੇ ਭਾਈਚਾਰੇ ਨੇ ਔਮਨ ਏਮਪਾਵਰਮੈਂਟ ਕ੍ਰੀਏਟ ਕਰਕੇ ਦਿਖਾਈ ਹੈ ਅੱਜ ਜੇ ਵੱਡੇ ਵੱਡੇ ਮਕਾਮਾਂ ਤੇ ਵੱਡੇ ਵੱਡੇ ਅਫਸਰ ਅਫਸਰ ਸ਼ਾਹੀ ਅੱਜ ਸਾਡੀਆਂ ਭੈਣਾਂ ਭੋਗ ਰਹੀਆਂ ਨੇ ਜਾਂ ਉਹ ਕਿਸੇ ਮੰਤਰਾਲੇ ਦੇ ਵਿੱਚ ਨੇ ਤਾਂ ਕਿਤੇ ਨਾ ਕਿਤੇ ਇਹ ਕਨਵਰਟ ਸਕੂਲਾਂ ਦੀ ਦੇਣ ਹੈ ਤੇ ਸਾਡੇ ਕ੍ਰਿਸਚੀਅਨ ਸਕੂਲਾਂ ਦੀ ਦੇਣ ਹੈ ਤੇ ਸਿਹਤ ਸੇਵਾਵਾਂ ਵੀ ਸਾਡੇ ਹਸਪਤਾਲਾਂ ਨੇ ਸਟਾਰਟਿੰਗ ਤੋਂ ਆਜ਼ਾਦੀ ਦੇ ਟਾਈਮ ਤੋਂ ਨਿਭਾਉਂਦੇ ਆ ਰਹੇ ਨੇ ਚਾਹੇ ਉਹਦੇ ਵਿੱਚ ਸਾਡਾ ਕ੍ਰਿਸਚੀਅਨ ਮੈਡੀਕਲ ਕੋਲਿਜ ਹੋਵੇ ਤੇ ਹਸਪੀਟਲ ਹੋ ਜਵੇ ਹੋਰ ਸਾਡਾ ਸੈਂਟ ਸਟੀਫਨ ਹਸਪੀਟਲ ਹੋ ਜਵੇ ਅਤੇ ਚਾਹੇ ਬੇਰਿੰਗ ਕਾਲਜ ਬਟਾਲਾ ਹੋ ਜਵੇ ਇਹ ਕਦੀ ਵੀ ਗੱਲ ਛਿਪੀ ਨਹੀਂ ਰਹੀ ਕਿਉਂਕਿ ਲੋਕ ਤਰਸਦੇ ਨੇ ਇਹਨਾਂ ਦੀ এডੂਕੇਸ਼ਨ ਦੇ ਲਈ ਜਦ এডੂਕੇਸ਼ਨ ਇੰਨੀ ਪਿਓਰ ਮਿਲਦੀ ਹੈ ਸੈਟੀਸਫਾਈਡ ਮਿਲਦੀ ਹੈ ਤਾਂ ਸਾਨੂੰ ਅਸੀਂ ਵੀ ਕਹਿੰਨੇ ਸਾਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਜਿਹੜੇ ਲਾਰਿਆਂ ਦੇ ਵਿੱਚ ਅੱਜ ਤੱਕ ਸਰਕਾਰਾਂ ਬਣਦੀਆਂ ਆਈਆਂ ਜਾਂ ਡਿੱਗਦੀਆਂ ਆਈਆਂ ਉਹ ਲਾਰਿਆਂ ਨੂੰ ਅਸੀਂ ਮਕਾਮ ਤਾਈ ਪਹੁੰਚਾ ਸਕੀਏ ਤਾਂ ਕਿ ਵਿਧਾਨ ਸਭਾ ਅਤੇ ਪੰਜਾਬ ਨੂੰ ਇੱਕ ਆਈਡਲ ਸਟੇਟ ਬਣਾ ਸਕੀਏ ਕਿ ਲੋਕ ਇਹ ਗੱਲ ਦੀ ਗਵਾਹੀ ਦੇਣ ساری ਦੁਨੀਆ ਕਿ ਸਾਡਾ ਪੰਜਾਬ ਪਵਿੱਤਰ ਪੰਜਾਬ ਇਦਾਂ ਦਾ ਪੰਜਾਬ ਹੈ ਜਿੱਥੇ ਹਰ ਬੰਦਾ ਪੜਿਆ ਲਿਖਿਆ ਤੇ ਹਰ ਘਰ ਦੇ ਵਿੱਚ ਰੋਜ਼ਗਾਰ ਹੈ 크ਰਿਸਚਨ ਭਾਈ ਜਰਾ ਕਿਸੇ ਪਾਰਟੀ ਨੂੰ ਸਪੋਰਟ ਵੀ ਕਰਨ ਜਾ ਰਿਹਾ ਜਾਂ ਇਲੈਕਸ਼ਨ ਵਿੱਚ ਕਿਦਾਂ ਦਾ ਸਹਿਯੋਗ ਰਹੇਗਾ ਕ੍ਰਿਸਚਨ ਭਾਈਚਾਰੇ ਨੇ ਸਪੋਰਟ ਕਰ ਕਰਕੇ ਅੱਜ ਭਾਜੀ ਥੱਕ ਚੁੱਕੇ ਆ ਅਸੀਂ ਸਾਡੀਆਂ 6 ਕੌਨਸਟੀਚੂਐਂਸੀਆਂ ਇਦਾਂ ਦੀਆਂ ਨੇ ਜਿੱਥੇ 50% ਯਾਨੀ 50000 ਤੋਂ ਪਲੱਸ ਵੋਟਾਂ ਨੇ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਕਾਦੀਆਂ ਫਤਿਹਗੜ ਚੂੜੀਆਂ ਬਟਾਲਾ ਅਜਨਾਲਾ ਤੇ ਹੋਰ ਵੀ ਕਾਫੀ ਇਦਾਂ ਦੀਆਂ ਅਮਰitsar ਨਾਰਥ ਅਮਰitsar ਸੈਂਟਰਲ ਕਾਫੀ ਕੌਨਸਟੀਚੁਐਂਸੀਆਂ ਇਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ 50000 ਤੋਂ ਪਲੱਸ ਸਾਡੀ ਵੋਟ ਆ ਪਰ ਅੱਜ ਤੱਕ ਅਸੀਂ ਕਦੀ ਵੀ ਇਹ ਗੱਲ ਤੇ ਨਹੀਂ ਅੜੇ ਕਿ ਸਾਡੇ ਬੰਦਿਆਂ ਨੂੰ ਟਿਕਟ ਦਿੱਤੀ ਜਾਵੇ ਪਰ ਅੱਜ ਸਾਡੀ ਉਹਨਾਂ ਪਾਰਟੀਆਂ ਤੋਂ ਮੰਗ ਆ ਜਿਨ੍ਹਾਂ ਦੀ ਸਾਡੇ ਲੋਕ ਬਹੁਤ ਚਿਰ ਤੋਂ ਸੇਵਾ ਕਰਦੇ ਆਏ ਨੇ ਉਹਨਾਂ ਦੀਆਂ ਜੁੱਤੀਆਂ ਵਿਚਾਰਿਆਂ ਦੀਆਂ ਪਤਾ ਨਹੀਂ ਕਿੰਨੀਆਂ ਵਾਰੀਆਂ ਟੁੱਟ ਗਈਆਂ ਟੁੱਟ ਚੁੱਕੀਆਂ ਨੇ ਜਵਾਨੀ ਜੇ ਸ਼ੁਰੂ ਹੋਏ ਨੇ ਤੇ ਅੱਜ ਵਿਚਾਰੇ ਚਾਂਦੀ ਨੂੰ ਭੋਗ ਰਹੇ ਜਾਣੀ ਕਿ ਚਿੱਟੇ ਬਾਲਾਂ ਨੂੰ ਭੋਗ ਰਹੇ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਸਮਾਜ ਦਾ ਵਿਸਤਾਰ ਤੇ ਵਿਕਾਸ ਕਰ ਸਕਣ ਅੱਜ ਇਹ ਪਾਰਟੀਆਂ ਨੇ ਅੱਜ ਤਾਈਂ ਸਾਨੂੰ ਅਣਗੌਲਿਆ ਹੀ ਕੀਤਾ ਆ ਜਦੋਂ ਜਿਹਦਾ ਇਹ ਅਸੀਂ 1 ਮਹੀਨੇ ਦਾ ਅਲਟੀਮੇਟਮ ਦਿੱਤਾ ਜਿਹਦੇ 2 ਦਿਨ ਹੋ ਚੁੱਕੇ ਨੇ ਤੇ ਅੱਜ 28 ਦਿਨ ਬਾਕੀ ਨੇ ਜੇ 28 ਦਿਨਾਂ ਦੇ ਵਿੱਚ ਸਾਡੀਆਂ ਇਹ ਪਾਰਟੀਆਂ ਸਾਡੇ 크੍ਰਿਸਚੀਅਨ ਲੋਕਾਂ ਨੂੰ ਟਿਕਟਾਂ ਦੇ ਕੇ ਨਵਾਜ਼ਦੇ ਨੇ ਫਿਰ ਇਹ ਸੋਚਿਆ ਜਾ ਸਕਦਾ ਵੀ ਇਹ ਸਾਡੇ ਮਸੀਹ ਭਾਈਚਾਰੇ ਲਈ ਕੁਝ ਨਾ ਕੁਝ ਸੋਚਦੇ ਨੇ ਸਾਡੇ ਮਸੀਹ ਦਲਿਤਾਂ ਵਾਲੇ ਕੋ ਸੋਚਦੇ ਨੇ ਜਿਹੜਾ ਸਾਡੀ ਪਾਰਟੀ ਸਾਡੇ ਕਮਿਊਨਿਟੀ ਦੇ ਲਈ ਮੈਨੀਫੈਸਟੋ 'ਚ ਕੁਝ ਲੈ ਕੇ ਆਊਗਾ ਅਸੀਂ ਸਾਰੇ ਉਹਦਾ ਸਮਰਥਨ ਕਰਾਂਗੇ ਪਰ ਅਸੀਂ ਹੱਲੇ ਕੋਈ ਪਾਰਟਿਕੂਲਰ ਪਾਰਟੀ ਇਦਾਂ ਦੀ ਨਹੀਂ ਚੁਣੀ ਜਿਹਦਾ ਸਮਰਥਨ ਕੀਤਾ ਜਾਵੇ ਕਹਿਣਾ ਚਾਹੀਏ ਸਿੱਧੇ ਸ਼ਬਦਾ ਦੀ ਗੱਲ ਕਰੀਏ ਤਾਂ ਟਿਕਟਾਂ ਦੀ ਮੰਗ ਕੀਤੀ ਜਾ ਰਹੀ ਹੈ ਚਾਹੇ ਪਾਰਟੀ ਕੋਈ ਵੀ ਹੋਵੇ ਜੀ 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 ਪਾਰਟੀ ਕੋਈ ਮੈਂ ਉਹੀ ਕਹਿ ਰਿਹਾ ਆ ਜਾਂ ਸਾਡੀਆਂ ਚਾਹੇ ਅਕਾਲੀ ਦਲ ਹੈ ਚਾਹੇ बसपा ਆ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਚਾਹੇ ਆਮ ਆਦਮੀ ਪਾਰਟੀ ਹੈ ਇਹ ਸਾਡੇ ਲੋਕਾਂ ਨੂੰ ਟਿਕਟਾਂ ਦੇਣ ਜੇ ਟਿਕਟਾਂ ਨਹੀਂ ਦਿੰਦੇ ਤਾਂ ਸਾਡੇ ਬੁੱਧੀਜੀਵੀ ਕਿਉਂਕਿ ਜ਼ੂਮਸ ਮੀਟਿੰਗਾਂ ਚੱਲਦੀਆਂ ਆ ਹੋਰ ਵੀ ਸਾਡੀਆਂ ਮੀਟਿੰਗਾਂ ਕਰੋਨਾ ਦੇ ਕਰੋਨਾ ਟਕਾਲ ਹੈ ਜਿਆਦਾ ਜਣੇ ਅਸੀਂ ਇਕੱਠੇ ਨਹੀਂ ਹੋ ਸਕਦੇ ਥੋੜੇ ਥੋੜੇ ਲੋਕ ਇਕੱਠੇ ਹੁੰਨੇ ਆ ਤੇ ਉੱਥੇ ਇਹੀ ਮੀਟਿੰਗ ਚੱਲਦੀ ਹੈ ਜੇ ਕਿਸੇ ਨੇ ਐ ਕਿ ਸਾਡੇ ਵੱਲ ਧਿਆਨ ਨਾ ਦਿੱਤਾ ਤੇ 6 ਕੌਨਸਟੀਚੁਐਂਸੀਆਂ ਤਾਂ ਮੈਂ ਤੁਹਾਨੂੰ ਉਹ ਦੱਸ ਰਿਹਾ ਵੀ ਜਿੱਥੇ ਸਾਡੇ 50000 ਪਲੱਸ ਨੇ ਤੇ 26 ਕਿਤੇ ਕਰੀਬ ਕੌਨਸਟੀਚੁਐਂਸੀਆਂ ਉਹ ਉਹਨੇ ਜਿੱਥੇ 25000 ਪਲੱਸ ਵੋਟਾਂ ਨੇ ਤੇ ਬਾਕੀ ਪੰਜਾਬ ਦੀ ਕੋਈ ਵੀ ਕੌਨਸਟੀਚੁਐਂਸੀ ਇਦਾਂ ਦੀ ਨਹੀਂ ਹੈਗੀ ਜਿਹੜੀ 117 ਦੀਆਂ 117 ਕੌਨਸਟੀਚੁਐਂਸੀਆਂ ਚ ਕੋਈ ਵੀ ਕੌਨਸਟੀਚੁਐਂਸੀ ਇਦਾਂ ਦੀ ਨਹੀਂ ਜਿੱਥੇ 3000 ਤੋਂ 5000 ਤੋਂ ਘੱਟ ਸਾਡੀ ਵੋਟ ਹੋਵੇ ਤੇ ਇਹ ਵੀ ਹੋ ਸਕਦਾ ਕਿ ਅਸੀਂ ਆਪਣੀ ਵੋਟ ਤੇ ਆਪਣੀ ਤਾਕਤ ਦਿਖਾਉਣ ਦੇ ਲਈ 117 ਦੀਆਂ 117 ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕਰੀਏ ਤਸੀਂ ਵੱਡਾ ਬਿਆਨ ਦੇ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਲੋਕ ਦੇਖ ਰਹੇ ਨੇ ਕਿ ਤੁਸੀਂ ਕਰ 117 ਦੇ 117 ਸੀਟਾਂ ਦੇ ਉੱਪਰ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਜੇਕਰ ਕਿਸੇ ਵੀ ਪਾਰਟੀ ਨੇ ਟਿਕਟ ਨਾ ਦਿੱਤੀ ਹਾਂਜੀ ਹਾਂਜੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਹਾਂ ਬਾਰ-ਬਾਰ ਕਹਿ ਰਿਹਾ 117 ਮਤਲਬ 117 117 ਇਹ ਸੀਟਾਂ ਦਾ ਮਤਲਬ ਇਹ ਹੈ ਵੀ ਹਰ ਵਾਰ ਸਾਨੂੰ ਲਾਰਾ ਲਾਇਆ ਜਾਂਦਾ ਸਾਡੇ ਲਾਸਟ ਰਿਚੁਅਲ ਹੁੰਦੇ ਨੇ ਕਿ ਜਦੋਂ ਸਾਡਾ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ ਅਸੀਂ ਜ਼ਿਆਦਾ ਕੁਝ ਨਹੀਂ ਮੰਗਦੇ ਨੌਕਰੀਆਂ ਤਾਂ ਬਹੁਤ ਦੂਰ ਆ ਕਿਉਂਕਿ ਨੌਕਰੀਆਂ ਵੱਡਿਆਂ ਲਈ ਆ ਨੌਕਰੀਆਂ ਕਰੋੜਾਂ ਪੱਤੀਆਂ ਲਈ ਆ ਗਰੀਬ ਲਈ ਕੋਈ ਇੱਥੇ ਪੰਜਾਬ ਦੇ ਵਿੱਚ ਨੌਕਰੀ ਨਹੀਂ ਆ ਗਰੀਬ ਲਈ ਸਿਰਫ ਝੂਠੀਆਂ ਕਸਮਾਂ ਤੇ ਝੂਠੇ ਵਾਦੇ ਨੇ ਇਹ ਉਹ ਝੂਠੇ ਵਾਦੇ ਨੇ ਜਿਹੜੇ ਆਪਣੇ ਧਰਮ ਗ੍ਰੰਥਾਂ ਨੂੰ ਚੱਕ-ਚੱਕ ਕੇ ਅਸੀਂ ਸੌਹਾ ਖਾਨੇ ਆ ਸਟੇਜਾਂ ਦੇ ਉੱਤੇ ਚੜ੍ਹ ਕੇ ਸੌਹਾ ਖਾਨੇ ਹਰ ਘਰ ਰੋਜ਼ਗਾਰ ਹਰ ਘਰ ਨੌਕਰੀ ਅਤੇ ਅਸੀਂ ਕਹਿੰਨੇ ਨਸ਼ੇ ਨੂੰ ਅਸੀਂ ਜੜੋਂ ਪੱਟ ਕੇ ਪੰਜਾਬ ਦੇ ਵਿੱਚੋਂ ਬਾਹਰ ਮਾਰਾਂਗੇ ਇਹ ਇਦਾਂ ਦੀ ਸਾਰੀਆਂ ਝੂਠੀਆਂ ਗੱਲਾਂ ਨੇ ਜਦੋਂ ਅਖਬਾਰ ਦਾ ਪੰਨਾ ਖੋਲੋ ਟੀਵੀ ਨਿਊਜ਼ ਚੈਨਲ ਚਲਾਓ ਤੇ ਕਿਤੇ ਨਾ ਕਿਤੇ ਵਿਚਾਰਾ ਦਲਿਤ ਦਲਿਤ ਜ਼ਿਮੀਦਾਰ ਅਸੀਂ ਦਲਿਤ ਇਹ ਨਹੀਂ ਕਹਿ ਸਕਦੇ ਵੀ ਕੋਈ ਸਪੈਸ਼ਲ ਕਾਸਟ ਆ ਦਲਿਤ ਬ੍ਰਾਹਮਣ ਵੀ ਹੋ ਸਕਦਾ ਦਲਿਤ ਜ਼ਿਮੀਦਾਰ ਵੀ ਹੋ ਸਕਦਾ ਦਲਿਤ ਖੱਤਰੀ ਵੀ ਹੋ ਸਕਦਾ ਦਲਿਤ ਹੋਰ بڑے ਵਰਗ ਨੇ ਉਹ ਹੋ ਸਕਦੇ ਨੇ ਇਹ ਜਦੋਂ ਖੋਲੋ ਅਖਬਾਰ ਤਾਂ ਕਿਤੇ ਨਾ ਕਿਤੇ ਸਾਡੇ ਗਰੀਬ ਵਿਚਾਰੇ ਕਿਸਾਨਾਂ ਨੇ ਆਤਮ ਹੱਤਿਆ ਕੀਤੀਆਂ ਹੁੰਦੀਆਂ ਜਿਹੜਾ ਉਹ ਕਿਸਾਨ ਜਿਹੜਾ ਕਿਸੇ ਧੀ ਦਾ ਪਿਓ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਕਿਸੇ ਪਤਨੀ ਦਾ ਪਤੀ ਕਿੰਨੇ ਘਰ ਉਹਦੇ ਨਾਲ ਉੱਜੜ ਜਾਂਦੇ ਨੇ ਇਹ ਕਦੀ ਸਾਡੀਆਂ ਸਰਕਾਰਾਂ ਸੋਚਦੀਆਂ ਨਹੀਂ ਇਹਨਾਂ ਦੀ ਕੰਨਾਂ ਦੇ ਉੱਤੇ ਜੂ ਨਹੀਂ ਸਰਕਦੀ ਅਥੇ ਜਦੋਂ ਅਖਬਾਰ ਖੋਲੋ ਤੇ ਉਦੋਂ ਹੀ ਗੱਲ ਆਉਂਦੀ ਵੀ ਓਵਰਡੋਸ ਦੇ ਨਾਲ ਇੰਨੇ ਫੜੇ ਗਏ ਓਵਰਡੋਸ ਦੇ ਨਾਲ ਇੰਨੇ ਮਾਰੇ ਗਏ ਉਹ ਵੱਡੋ ਜਨ ਨੇ ਮਾਰੇ ਗਏ ਵੱਡੀ ਖੇਪ ਦੇ ਨਾਲ ਇੰਨੇ ਫੜੇ ਗਏ ਤੇ ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ 117 ਮੀਨਸ 117 ਸੀਟਾਂ ਦੇ ਉੱਤੇ ਅਸੀਂ ਆਪਣੇ ਲੋਕ ਖੜੇ ਕਰਾਂਗੇ ਉਹ 크ਿਸਚਨ ਲੋਕ ਨਹੀਂ ਹੋਣਗੇ ਜੇ ਆਪਾਂ ਗੱਲ ਕਰੀਏ ਮੈਂ ਤਾਂ ਸਿਰਫ ਇਹ ਕਹਿ ਰਿਹਾ ਜਿਵੇਂ ਜਾਤ ਦੇ ਆਧਾਰ ਦੇ ਉੱਤੇ ਸਾਡਾ ਸਿਸਟਮ ਚੱਲਦਾ ਅੱਜ ਧਰਮ ਦਾ ਰਿਲੀਜੀਅਸ ਕਾਰਡ ਖੇਡਿਆ ਗਿਆ ਤਾਂ ਅੱਜ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬੈਠੇ ਨੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇੱਕ ਅੱਛਾ ਪਰਿਵਾਰ ਨਾਲ ਲੈ ਕੇ ਚੱਲਣਾ ਆ ਜਿਹੜੇ ਲੋਕ ਲੋਕਾਂ ਚ ਵਿਚਰਦੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਕਿ ਇੱਕ ਚੰਗਾ ਪਰਿਵਾਰ ਸਮਾਜਿਕ ਪਰਿਵਾਰ ਕਿਸੇ ਪਾਰਟਿਕੂਲਰ ਫੈਮਿਲੀ ਦਾ ਪਰਿਵਾਰ ਨਹੀਂ ਇੱਕ ਸਮਾਜਿਕ ਪਰਿਵਾਰ ਅੱਗੇ ਵੀ ਪਰਿਵਾਰ ਸਰਕਾਰਾਂ ਚਲਾਉਂਦੇ ਆਏ ਆ ਪਰ ਹੁਣ ਪਰਿਵਾਰ ਪੰਜਾਬ ਦਾ ਪਰਿਵਾਰ ਹੋਏਗਾ ਸਾਂਝਾ ਪਰਿਵਾਰ ਹੋਏਗਾ ਜਿਹੜਾ ਵਿਧਾਨ ਸਭਾ ਚਲਾਏਗਾ ਤੇ ਇੱਥੇ ਕਾਨੂੰਨ ਉਹ ਲਾਗੂ ਕਰਾਏਗਾ ਜਿਹੜੇ ਲੋਕਾਂ ਦੇ ਹਿੱਤ ਚ ਹੋਣਗੇ ਜੇ ਗੱਲ ਕਰੀਏ ਕ੍ਰਿਸਟਨ ਪਾਈਚਾਰਾ ਆਦਿ ਜੇ ਗੱਲ ਕਰੀ ਆਪਾਂ ਜੇ ਪਿਛਲੀਆਂ ਤੋਂ ਪਿਛਲੇ ਇਲੈਕਸ਼ਨਾਂ ਦੀਆਂ ਜਾਂ ਹੋਰ ਪਿੱਛੇ ਚੱਲ ਜਾਨੇ ਇਲੈਕਸ਼ਨਾਂ ਤੇ ਕਦੀ ਤੁਸੀਂ ਟਿਕਟ ਦੀ ਮੰਗ ਕੀਤੀ ਸੀ ਪਹਿਲਾਂ ਕਦੀ ਅਸੀਂ ਬਹੁਤ ਇਸ ਵਾਰ ਕਿਉਂ ਕਰਨ ਦੀ ਤੁਹਾਨੂੰ ਜੁਰਤ ਪੈ ਗਈ ਅਸੀਂ ਬਹੁਤ ਵਾਰ ਟਿਕਟਾਂ ਦੀ ਮੰਗ ਕੀਤੀ ਹੈ ਪਰ ਉਹ ਅਣਗੌਲਿਆ ਕਰ ਦਿੱਤਾ ਗਿਆ ਆ ਪਾਰਟੀਆਂ ਸਿਰਫ ਵੋਟ ਲੈਣ ਚਾਹੁੰਦੀ ਆ ਵੋਟ ਬੈਂਕ ਨੂੰ ਯੂਜ਼ ਕਰਨਾ ਜਾਣਦੀ ਆ ਜਦੋਂ ਟਿਕਟ ਦੀ ਗੱਲ ਕਰੋ ਉਦੋਂ ਬਹੁਤ ਇਹਨਾਂ ਨੂੰ ਵਿਚਾਰਿਆਂ ਨੂੰ ਮਜਬੂਰੀਆਂ ਪੈਂਦੀਆਂ ਨੇ ਜੇ ਕੋਈ ਬੰਦਾ ਜਦੋਂ ਜਾਇਦ ਕਰਕੇ ਸੈਂਟਰ ਤੋਂ ਜਾ ਕੇ ਟਿਕਟ ਲਿਆ ਆ ਤੇ ਸਟੇਟ ਗਵਰਨਮੈਂਟ ਨੇ ਜਾਂ ਸਟੇਟ ਦੀ ਪਾਰਟੀ ਨੇ ਉਹਨੂੰ ਹਰਾਨ ਚ ਕੋਈ ਕਸਰ ਨਹੀਂ ਛੱਡੀ ਕਿਸੇ ਪਾਰਟੀ ਦਾ ਕੈਂਡੀਡੇਟ ਜਦੋਂ ਟਿਕਟ ਲਿਆ ਆ ਬਜਾਏ ਉਸ ਪਾਰਟੀ ਦੇ ਸਾਡੇ 크ਿਸਚੀਅਨ ਕੈਂਡੀਡੇਟ ਦੀ ਸਾਂਝੀ ਸਟੇਜ ਕਰਨ ਦੀ ਬਜਾਏ ਉਹ ਆਜ਼ਾਦ ਉਮੀਦਵਾਰ ਦੀ ਜਗ੍ਹਾ ਸਟੇਜਾਂ ਸਾਂਝੀਆਂ ਕਰਦੇ ਰਹੇ ਤੇ ਸਾਨੂੰ ਹਮੇਸ਼ਾ ਹੀ ਇਹਨਾਂ ਨੇ ਦੱਬ ਕੇ ਰੱਖਿਆ ਤੇ ਸਾਡੀ ਕੌਮ ਜਾਗ ਉੱਠੀ ਹੈ ਮੇਰੀ ਆਵਾਜ਼ ਜਿੱਥੇ ਤੱਕ ਜਾ ਰਹੀ ਹੈ ਮੈਨੂੰ ਪਤਾ ਸਭ ਦੇ ਲੋਕਾਂ ਦੇ ਦਿਨਾਂ ਦੇ ਵਿੱਚ ਦਰਦ ਹੈ ਕੌਮ ਜਾਗ ਉੱਠੀ ਆ ਤੇ ਹਰੇਕ ਵਿਲਿੰਗ ਆ ਕੀ ਸਾਡੇ 크ਿਸਚੀਅਨ ਕੈਂਡੀਡੇਟ ਵਿਧਾਨ ਸਭਾ 'ਚ ਪਹੁੰਚਣ ਇਸੇ ਸਾਡੇ ਨਾਲ ਅਲਬਰਟ ਦੁਆ ਜੀ ਜਿਹੜੇ ਕਿ ਕ੍ਰਿਸਚੀਅਨ ਯੂनाइटेड ਫਾਊਂਡੇਸ਼ਨ ਦੇ ਜਿਹੜੇ ਕੌਮੀ ਪ੍ਰਧਾਨ ਨੇ ਇਹਨਾਂ ਦਾ ਕਹਿਣਾ ਕਿ ਅਗਰ ਕੋਈ ਵੀ ਪਾਰਟੀ ਵੱਲੋਂ ਸਾਨੂੰ ਟਿਕਟ ਨਾ ਦਿੱਤੀ ਗਈ ਤੇ 117 ਸੀਟਾਂ ਤੇ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਔਰ ਅਗਰ ਜਿਕਰ ਇਹ ਆਪਣੇ 117 ਸੀਟਾਂ ਦੇ ਉਮੀਦਵਾਰ ਖੜੇ ਕਰ ਦਿੰਦੇ ਨੇ ਤੇ ਤਮਾਮ ਜਿਹੜੀ ਸਿਆਸੀ ਪਾਰਟੀਆਂ ਦੇ ਉੱਪਰ ਕਿੰਨਾ ਕਸਰ ਪਏਗਾ ਇਸ ਤੇ ਵੀ ਨਿਗਾਹ ਬਣੀ ਰਹੇਗੀ ਲੁਧਿਆਣਾ ਤੋਂ ਲਖਮਿੰਦਰ ਸਿੰਘ ਪੰਜਾਬੀ ਲੋਕ ਚੈਨਲ